ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਜਾ ਰਹੇ ਹਾਂ ਜੀ ਭਾਦਲ ਵਾਲੀ ਮੋਟਰ 'ਤੇ, ਦੇਖਦੇ ਹਾਂ ਮੀਂਹ ਮੂੰਹ ਕਿੰਨਾ ਕੁ ਪਿਆ, ਕੀ ਗੱਲਬਾਤ ਆ। ਅਤੇ ਆਪਾਂ ਗਏ ਹੋਏ ਸੀ ਖੰਨੇ, ਖੰਨੇ ਤਾਂ ਪੈ ਗਿਆ ਮੀਂਹ ਕਾਫੀ, ਅਤੇ ਉਰੇ ਦੇਖਦੇ ਹਾਂ। ਬਾਕੀ ਰਾਤ ਮੋਟਰਾਂ ਚੱਲੀਆਂ ਨਹੀਂ ਹੈਗੀਆਂ, ਪਾਣੀ ਪੂਣੀ ਦੇਖਦੇ ਹਾਂ। ਅਤੇ ਇੱਕ ਯੂਰੀਆ ਆਪਾਂ ਉਰੇ ਪਵਾਤਾ, ਦਿਖਾਉਂਦੇ ਹਾਂ ਤੁਹਾਨੂੰ ਜੀਰੀ ਮੋਟਰ 'ਤੇ ਜਾ ਕੇ। ਆਏ ਹਾਂ ਜੀ ਪਿੰਡ ਵਾਲੀ ਮੋਟਰ 'ਤੇ, ਮਾਰਦੇ ਹਾਂ ਗੇੜਾ ਜੀਰੀ ਵੱਲ। ਅਤੇ ਇਹ 'ਚ ਪੈ ਗਏ ਆਪਣੇ ਤਿੰਨ ਰੇਹ, ਅਤੇ ਨਾਲ ਸਮਾਨ ਵੀ ਦੱਸਦੇ ਹਾਂ ਕੀ ਪਾਇਆ। ਅਤੇ ਬਾਕੀ ਆ ਵੱਟਾਂ 'ਤੇ ਸਪਰੇ ਮਾਰਨੇ ਵਾਲੀ ਹੋ ਗਈ, ਅਤੇ ਮਰਾਉਂਦੇ ਹਾਂ ਇਹ ਵੀ ਕੱਲ੍ਹ ਨੂੰ। ਅਤੇ ਮੌਸਮ ਹੋ ਗਿਆ ਬੱਦਲਬਾਈ ਵਾਲਾ, ਅਤੇ ਆਪਾਂ ਹੁਣੇ ਖੰਨੇ ਤੋਂ ਆਇਆ, ਮੀਂਹ ਪੈ ਰਿਹਾ ਸੀ ਉੱਥੇ ਥੋੜ੍ਹਾ ਥੋੜ੍ਹਾ। ਅਤੇ ਬਾਕੀ ਦੇਖਦੇ ਹਾਂ ਖਬਰਾਂ ਪਏ ਜਾਵੇ, ਇੱਧਰਲੇ ਪਾਸੇ ਨੂੰ ਬੱਦਲ ਬਹੁਤ ਹੋਇਆ ਪਿੰਡ ਵੱਲ। ਬਾਕੀ ਮੀਂਹ ਪੈ ਜਾਵੇ ਵਧੀਆ ਹੀ ਗੱਲ ਆ। ਆਹ ਫਾਂਡ 'ਚ ਡੱਕੇ ਬਹੁਤ ਜ਼ਿਆਦਾ ਮਰ ਗਏ ਸੀ, ਅਤੇ ਡੱਕਿਆਂ ਕਰਕੇ ਜਿਹੜੇ ਮੱਕੀ ਦੇ ਡੱਕੇ ਹੁੰਦੇ ਨੇ, ਅਤੇ ਡੱਕੇ ਲਵਾ ਦੇ ਦੀ ਆਪਾਂ। ਤਾਂ ਹੀ ਉਰੋਂ ਜੀਰੀ ਥੋੜ੍ਹੀ ਜਿਹੀ ਹੋਰ ਲੋਟ ਖੜ੍ਹੀ ਆ, ਅਤੇ ਉੱਧਰੋਂ ਕਰੋ ਚੈੱਕ ਵੀ ਕਿੱਦਾਂ ਖੜ੍ਹੀ ਆ, ਪੂਰੀ ਵਧੀਆ ਖੜ੍ਹੀ ਆ। ਅਤੇ ਨਾਲੇ ਜਿਹੜੇ ਕੱਖਾਂ ਦੇ ਬੂਝੇ ਖੜ੍ਹੇ ਨੇ ਮਾੜੇ ਮੋਟੇ ਟਾਵੇਂ ਟੱਲੇ, ਇਹ ਕਰਾਉਂਦੇ ਹਾਂ ਸਾਫ। ਅਤੇ ਇਹ ਖੇਤ ਇੱਧਰਲੇ ਪਾਸੇ ਹੈਗਾ ਨੀਮ, ਖੱਡ ਖੁੱਡ ਪੈ ਜਾਂਦੀ ਆ, ਅਤੇ ਉਹਦੇ ਕਰਕੇ ਗੇੜਾ ਮਾਰੀ ਦਾ ਉਰੇ। ਬਾਕੀ ਹਵਾ ਚੱਲਦੀ ਆ ਠੰਡੀ, ਅਤੇ ਪਹਿਲਾਂ ਦੁਪਹਿਰੇ ਗਰਮੀ ਦੀ, ਹੁਣ ਟਾਈਮ ਹੋ ਚੱਲਿਆ 4 ਵਜੇ ਦਾ, ਹੁਣ ਹੋ ਗਿਆ ਮੌਸਮ ਠੰਡਾ। ਬਾਕੀ ਰੇਹ 'ਚ ਵੀ ਦੱਸਦੇ ਹਾਂ ਆਪਾਂ ਕੀ ਪਾਇਆ ਸੀ। ਪਹਿਲਾਂ ਰੇਹ ਪਾਇਆ ਆਪਾਂ ਸੁੱਕਾ, ਇਕੱਲੇ ਯੂਰੀਆ ਪਾਇਆ ਤੀ ਉਰੇ, ਅਤੇ ਦੂਏ ਰੇਹ 'ਚ ਪਾਇਆ ਤੀ ਮੈਕੋ ਰਾਜਾ, ਟਰੈਕਟਰ ਬ੍ਰਾਂਡ ਦਾ ਆਉਂਦਾ ਏ, ਉਹ ਪਾਇਆ ਤੀ 5 ਕਿਲੋ ਕੀਲੇ ਦਾ। ਅਤੇ ਤੀਜੇ ਰੇਹ ਨਾਲ ਪਾਈ ਆਪਾਂ ਸਲਫਰ 3 ਕਿਲੋ ਕੀਲੇ ਦੀ, ਅਤੇ ਜੀਰੀ ਤੁਹਾਡੇ ਸਾਹਮਣੇ ਆ ਪੂਰੀ ਵਧੀਆ ਖੜ੍ਹੀ ਆ। ਇਹ ਹੋ ਗਈ 32-33 ਕੁ ਦਿਨ ਦੀ, ਅਤੇ ਬੂਝਾ ਹੀ ਵਧੀਆ ਮਾਰਿਆ ਹੋਇਆ ਆਪਾਂ ਦਿਖਾਉਂਦੇ ਤੁਹਾਨੂੰ ਪਰਲੀ ਸਾਈਡ ਜਾ ਕੇ। ਆਹ ਦੇਖੋ ਇੱਦਾਂ ਖੱਡਾਂ ਪੈ ਜਾਂਦੀਆਂ ਨੇ, ਉਹ ਨਿਕਲਦਾ ਸਾਹਮਣੇ ਪਾਣੀ, ਕਰਦੇ ਹਾਂ ਖੱਡ ਬੰਦ। ਆਹ ਖੂੰਜੇ ਦਾ ਕਾਫੀ ਨੁਕਸਾਨ ਕਰਿਆ ਹੋਇਆ ਡੰਗਰਾਂ ਨੇ, ਇੱਧਰਲੇ ਪਾਸੋਂ ਮੈਸਾਂ ਡੰਗਰ ਆ ਜਾਂਦੇ ਨੇ, ਅਤੇ ਉਹ ਵਿੱਚ ਬੜੇ ਹੋਏ ਨੇ। ਦੇਖੋ ਕਿਵੇਂ ਜੀਰੀ ਖਾਧੀ ਹੋਈ ਆ ਇਹਨਾਂ ਦੀ, ਅਤੇ ਵਿੱਚ ਗੋਆਂ ਵੀ ਨੇ, ਗੋ ਵੀ ਖਾਂਦੀ ਆ ਜੀਰੀ ਨੂੰ ਵੱਢੀ ਜਾਂਦੀ ਆ। ਅਤੇ ਇੱਕ ਸੁਸਰਾ ਬਹੁਤ ਆ ਇੱਧਰ, ਸੱਪ ਸੁੱਪ ਵੀ ਰਹਿੰਦੇ ਨੇ ਬਥੇਰੇ। ਅਤੇ ਹੁਣ ਆਪਾਂ ਕੰਧ ਦੇ ਉੱਪਰ ਚੜ੍ਹ ਕੇ ਦੇਖਦੇ ਹਾਂ, ਪਰਲੇ ਸਾਈਡ ਚੱਲਦੇ ਹਾਂ। ਤਕਰੀਬਨ ਜੀਰੀ 'ਚ ਪਾਣੀ ਸਾਰਾ ਹੀ ਪੂਰਾ ਹੀ ਆ, ਜਿਹੜਾ ਪਰਲੇ 3 ਕਿੱਲਿਆਂ ਦਾ ਪਾਣੀ ਆਪਾਂ ਸੁਕਾਤਾ 35 ਕੁ ਦਿਨ 'ਤੇ, ਜਿਵੇਂ ਜਿਵੇਂ ਲੱਗੀ ਹੋਈ ਆ ਉਹ ਹਿਸਾਬ ਨਾਲ ਪਾਣੀ ਸੁਕਾਈ ਜਾਵਾਂਗੇ। ਅਤੇ ਪਾਣੀ ਜੀਰੀ 'ਚ ਪੂਰਾ ਏ, ਆਹ ਦੇਖੋ, ਅਤੇ ਸਾਰੀ ਜੀਰੀ ਵਧੀਆ ਖੜ੍ਹੀ ਆ ਪੂਰੇ ਟੌਪ ਦੀ ਇੱਕ ਸਾਰ। ਜਿਹੜੇ ਖੂੰਜੇ ਖਾਂਜਿਆਂ 'ਚ ਜੀਰੀ ਮਰੀ ਦੀ ਡੱਕਿਆਂ ਕਾਰਨ, ਉਹ ਥੋੜ੍ਹੇ ਜਿਹੇ ਲਹਿਦਾ ਦਿਖ ਰਹੇ ਨੇ ਹਲੇ ਵੀ। ਆਹ ਦੇਖੋ ਜਿਵੇਂ ਆਹ ਖਾਲੀ ਖਾਲੀ ਜਿਹੇ ਦਿੰਦੇ ਨੇ, ਬਾਕੀ ਕਰੋ ਚੈੱਕ ਕਿਵੇਂ ਖੜ੍ਹੀ ਆ। ਸਾਰੀ ਪਲਾਟ ਆਪਣਾ ਹੈ ਜੀਰੀ ਦਾ, ਇੱਧਰੋਂ ਸੜਕ ਤੱਕ, ਅਤੇ ਉੱਧਰੋਂ ਜਿਹੜੇ ਕੂਲਰ ਖੜ੍ਹੇ ਨੇ ਉੱਧਰ ਤੱਕ ਸਪੈ
ਇੱਥੇ ਤੱਕ ਤੇ ਆ ਗਈ ਆਪਣੀ ਸਾਹਮਣੇ ਮੋਟਰ। ਬਾਕੀ ਬੂਝਾ ਵੀ ਦਿਖਾਉਂਦੇ ਤੁਹਾਨੂੰ ਵੀ ਕਿੱਦਾਂ ਦਾ ਮਾਰਿਆ ਜੀਰੀ ਨੇ, ਇੱਦਾਂ ਦਾ ਬੂਝਾ ਮਾਰਿਆ ਹੋਇਆ ਜੀਰੀ ਨੇ। ਹੈਗੇ ਨੇ ਟਿੱਲਰ ਇਹਦੇ 20 ਤੋਂ 22-25 ਤੱਕ ਹੋਣਗੇ। ਤੇ ਦੇਖੋ ਐਨ ਪੂਰੀ ਵਧੀਆ ਖੜੀ ਆ। ਤੇ ਇੱਧਰੋਂ ਬੱਦਲ ਉੱਠਿਆ ਹੋਇਆ, ਮੈਨੂੰ ਲੱਗਦਾ ਉੱਧਰਲੇ ਪਾਸੇ ਮੀਂਹ ਪੈ ਰਿਹਾ, ਜੇ ਪੈ ਜਾਵੇ ਵਧੀਆ ਗੱਲ ਆ। ਤੇ ਇਹ 'ਚ ਇੱਕ ਯੂਰੀਆ ਹੋਰ ਪਵਾਉਂਦੇ ਹਾਂ, ਹੁਣ ਥੈਲੇ ਕਦਾ ਹੀ ਪਵਾਵਾਂਗੇ ਚੌਥਾ ਯੂਰੀਆ। ਅਤੇ ਉਦੋਂ ਬਾਅਦ ਫਿਰ 45 ਕੁ ਦਿਨ 'ਤੇ ਸਪਰੇਅ ਕਰਾਂਗੇ ਇਹਦੀ ਸੁੰਡੀ ਤੋਂ। ਅਤੇ ਬਾਕੀ ਦੇਖਦੇ ਹਾਂ, ਤੁਹਾਨੂੰ ਦੱਸਦੇ ਰਹਾਂਗੇ ਸਾਰਾ ਗੱਲਬਾਤ ਵੀ ਕੀ ਕੁਛ ਆਪਾਂ ਪਾਇਆ, ਕੀ ਕਰਿਆ। ਬਾਕੀ ਭਾਦਲੇ ਵੀ ਅੱਜ ਮੁਲਾਜ਼ਮ ਭੇਜੇ ਆ, ਉੱਥੇ ਕਰ ਰਹੇ ਨੇ ਵੱਟਾਂ ਵੁੱਟਾਂ ਸਾਫ਼। ਜੀਰੀ ਇੱਕ ਸਾਰ ਖੜੀ ਆ ਪੂਰੀ ਵਧੀਆ। ਇੱਧਰਲੀ ਲੈਣ ਦਾ ਆਪਾਂ ਸੁਕਾਤਾ ਸਾਰੀ ਦਾ ਪਾਣੀ, ਉਹ ਸਿਰੇ ਤੱਕ ਜਿੱਥੇ ਤੱਕ ਸੜਕਾ। ਅਤੇ ਬਾਕੀ ਉਹ ਪਨੀਰੀ ਵਾਲੀ ਜਗ੍ਹਾ 'ਚ ਲੱਗੀ ਹੋਈ ਹੈ ਜੀਰੀ। ਅਤੇ ਪਾਣੀ ਸੁਕਾਏ ਤੋਂ ਬਾਅਦ ਜਦੋਂ ਸਾਈਡਾਂ ਤੋਂ ਚਿੱਟੀ ਹੋਣ ਲੱਗ ਗਈ, ਉਦੋਂ ਸਮਝ ਲਓ ਉਦੋਂ ਸਾਈਡਾਂ ਤੋਂ ਚਿੱਟੀ ਹੋਣ ਲੱਗ ਗਈ, ਫਿਰ ਪਾਣੀ ਦੇਵਾਂਗੇ ਅਤੇ ਨਾਲੇ ਸਪਰੇਅ ਹੋ ਜੂਗੀ। ਬਾਕੀ ਤੁਹਾਨੂੰ ਦਿਖਾਏ ਦਿੱਤੀ ਜੀਰੀ, ਬਾਕੀ ਕਮੈਂਟਾਂ ਦੱਸਿਓ ਵੀ ਕਿਵੇਂ ਖੜੀ ਹੈ ਜੀਰੀ। ਇਹ PR 126 ਜੀਰੀ ਆ। ਬਾਕੀ ਵੀਡੀਓ ਦੇਖਦੇ ਰਿਹਾ ਕਰੋ, ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ। ਜੇ ਵੀਡੀਓ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਵੀਡੀਓ ਦੇਖ ਕੇ ਕਮੈਂਟ ਕਰਿਆ ਕਰੋ ਵੀ ਕਿੱਦਾਂ ਦੀ ਆ। ਅਤੇ ਆਹ ਆਪਣੀ ਪਨੀਰੀ ਵਾਲੀ ਜਗ੍ਹਾ, ਜਿੰਨੀ ਪਨੀਰੀ ਖੜੀ ਤੀ ਉਰੇ ਪਹਿਲਾਂ ਵਾਲੀਆਂ ਵੀਡੀਓ 'ਚ ਆਪਾਂ ਦਿਖਾਇਆ ਹੋਇਆ ਉਰੇ ਪਨੀਰੀ ਦੀ ਸਾਰਾ ਕੁਛ। ਬਾਕੀ ਮੀਂਹ ਪੈ ਜਾਵੇ ਵਧੀਆ ਗੱਲ ਆ, ਜਿਹੜੀ ਮਾੜੀ ਮੋਟੀ ਪੱਤਾ ਲਪੇਟ ਪਈ ਹੋਈ ਆ ਸਾਫ਼ ਹੋ ਜੂਗੀ। ਆਏ ਹੋਏ ਤੀ ਮਾਜਰੀ ਵਾਲੀ ਮੋਟਰ 'ਤੇ ਪਾਣੀ ਕਰਨ ਜੀਰੀ ਨੂੰ। ਅਤੇ ਬਾਕੀ ਇਹ ਜੀਰੀ ਨੂੰ ਲਾ 'ਤੇ ਆਪਾਂ 2 ਰੇ, ਅਤੇ ਇੱਕ ਪਾਉਂਦੇ ਹਾਂ ਪਰਸੋਂ ਨੂੰ ਤੀਜਾ ਯੂਰੀਆ। ਬਾਕੀ ਦੇਖੋ ਵੀ ਕਿੱਦਾਂ ਦੀ ਖੜੀ ਆ ਜੀਰੀ। ਇੱਧਰਲਾ ਪਲਾਟ ਵੀ ਵਧੀਆ ਖੜਾ ਆਪਣਾ ਪੂਰਾ ਐਨ। ਇਹ ਸਾਰੀ ਉਹ ਜਦੋਂ ਆਪਾਂ ਜੀਰੀ ਲਾਈ ਸੀ ਪੌਦ ਇਹਦੀ ਹੈਗੀ ਸੀ 25 ਤੋਂ 28 ਦਿਨ ਦੀ, ਅਤੇ ਬਹੁਤ ਜ਼ਿਆਦਾ ਗਰੋਥ ਕਰੀ ਹੈ ਜੀਰੀ ਨੇ, 6-6, 7-7 ਡੱਕੇ ਕਰ ਲਏ। ਬਾਕੀ ਹੇਠਾਂ ਵਾਲੇ ਖੇਤ 'ਚ ਵੀ ਮਾਰਦੇ ਹਾਂ ਗੇੜਾ ਵੀ ਉੱਧਰ ਵੀ ਦੇਖਦੇ ਹਾਂ ਕਿਵੇਂ ਆ ਪਾਣੀ ਪੂਣੀ। ਬਾਕੀ ਬੱਦਲ ਜਿਹਾ ਹੋਇਆ ਪਿਆ, ਗਰਮੀ ਦੁਬਾਰਾ ਫੇਰ ਹੋ ਗਈ, ਹੁੰਮਸ ਹੀ ਹੋਈ ਪਈ ਆ, ਹਵਾ ਨਹੀਂ ਚੱਲ ਰਹੀ, ਵੱਟ ਪਿਆ ਪਿਆ। ਬਾਕੀ ਦੇਖੋ ਵੀ ਰਾਤ ਨੂੰ ਜੇ ਮੀਂਹ ਪਾ ਦੇਵੇ ਵਧੀਆ ਗੱਲ ਆ, ਜੇ ਪੈ ਜਾਵੇ ਮੀਂਹ ਨਾਲੇ ਤਾਂ ਜੀਰੀਆਂ ਦਾ ਪਾਣੀ ਪੂਰਾ ਹੋਣ ਲੱਗ ਜੂਗਾ,
ਅਤੇ ਜਿਹੜੀ ਕੋਈ ਬਿਮਾਰੀ ਆ ਜਾਂ ਪੱਤਾ ਲਪੇਟ ਨਾਲੇ ਉਹ ਖਤਮ ਹੋ ਜੂਗੀ। ਬਾਕੀ ਉਹ ਪਰਲੇ ਪਾਸੇ ਦਿਖਾਉਂਦੇ ਹਾਂ ਆਪਾਂ ਜਾ ਕੇ ਤੁਹਾਨੂੰ। ਆ ਦੇਖੋ ਇੰਨਾ ਇੰਨਾ ਬੂਝਾ ਮਾਰਿਆ ਹੋਇਆ ਜੀਰੀ ਨੇ। ਇਹ ਆਪਣੀ 10 ਤਰੀਕ ਦੇ ਹੇਠ ਗੇਟ ਲੱਗੀ ਹੋਈ ਆ। ਆ 2 ਗੀਲੇ ਆ ਗਏ ਜੀ ਆਪਣਾ ਹੇਠਾਂ, ਅਤੇ ਮੋਟਰ ਰਹਿ ਗਈ ਪਰੇ, ਅਤੇ ਆਹ ਇੱਕ ਖੇਤ ਵਿਚਾਲੇ ਆ ਜਾਂਦਾ ਏ। ਬਾਕੀ ਇਹ 'ਚ ਵੀ ਪਾਣੀ ਪੂਰਾ ਹੀ ਆ, ਅਤੇ ਇਹਨੂੰ ਪੈਪ ਲਾਉਣਾ ਪੈਂਦਾ ਮੋਟਰ ਮੂਹਰੋਂ, ਅਤੇ ਖਾਲ ਸਿਰੇ ਆਉਂਦਾ ਨਹੀਂ, ਪੈਪ ਲਾ ਕੇ ਪਾਣੀ ਪਾਉਣਾ ਪੈਂਦਾ ਖੇਤ 'ਚ। ਇਹ 2 ਗੀਲੇ ਨੇ ਆਪਣੇ, ਔਰ ਇਹ ਸਾਰਿਆਂ ਨਾਲੋਂ ਪਿੱਛੇ ਪਿੱਛੇ ਆਪਣੇ ਪਛੇਤੀ ਲੱਗੀ ਹੈ ਜੀਰੀ ਉਰੇ ਆਹ ਮੋਟਰ 'ਤੇ। ਬਾਕੀ ਆਹ ਖੇਤ 'ਚ ਤਾਂ ਪਾਣੀ ਫੁੱਲ ਆ। ਬਾਕੀ ਦੇਖਦੇ ਹਾਂ ਕੋਈ ਖੱਡ ਖੁੱਡ ਨਾ ਪਈ ਹੋਵੇ, ਇੱਧਰਲੇ ਪਾਸੇ ਨੀਵੇਂ ਨੇ ਖੇਤ। ਬਾਕੀ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਏਰੀਏ 'ਚ ਮੀਂਹ ਪਿਆ ਅੱਜ 31 ਤਰੀਕ ਨੂੰ, 31/7/2024 ਨੂੰ, ਅਤੇ ਆਪਣੇ ਕੱਲ੍ਹ ਪਿਆ ਸੀ ਉਹ ਵੀ 20 ਮਿੰਟ ਪਿਆ, ਅਤੇ ਖੰਨੇ ਬਹੁਤ ਜ਼ਿਆਦਾ ਮੀਂਹ ਸੀ। ਇੱਕ ਚੀਜ਼ ਦੇਖੋ ਹੋਰ, ਜਿਹੜਾ ਵੱਟ ਦੇ ਨਾਲ ਬੂਝਾ ਏ ਉਹ ਜ਼ਿਆਦਾ ਗਰੋਥ ਕਰੀ ਹੋਈ ਆ, ਅਤੇ ਨਾਲੇ ਬੂਝਾ ਜ਼ਿਆਦਾ ਬਣਾਇਆ ਹੋਇਆ। ਜਿਹੜਾ ਦੇਖ ਲਓ ਸਾਈਡ 'ਤੇ ਇਹਦੇ ਡੱਕੇ ਘੱਟ ਨੇ, ਇਹ ਪਤਾ ਨਹੀਂ ਕੀ ਚੱਕਰ ਆ, ਵੀ ਜਾਂ ਤਾਂ ਪਾਣੀ ਇਹਨੂੰ ਹਿਸਾਬ ਦਾ ਮਿਲਦਾ ਏ, ਬੂਟੇ ਨੂੰ ਉੱਚੀ ਜਗ੍ਹਾ ਲੱਗਿਆ ਹੋਇਆ ਏ ਇਸ ਕਰਕੇ ਹੋਊਗਾ। ਬਾਕੀ ਦੇਖੋ ਆ ਪੈਂਦੀ ਆ ਖੱਡ, ਕਰੀਏ ਬੰਦ।